ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਗੱਲ ਕਰੀਏ, ਹਰਿਆਣਾ 'ਚ ਗੱਲ ਕਰੀਏ, ਠੰਡ ਦਾ ਕਹਿਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ। ਵਿਜ਼ੀਬਿਲਿਟੀ ਬਿਲਕੁਲ ਜ਼ੀਰੋ ਹੈ ਅਤੇ ਠੰਡ ਕਾਰਨ ਕਈ ਜਿਹੜੇ ਲੋਕ ਨੇ ਹੋਸਪਿਟਲ ਪਹੁੰਚ ਰਹੇ, ਜਿਨ੍ਹਾਂ ਨੂੰ ਪ੍ਰੋਬਲਮਸ ਹੈ ਜਾਂ ਜੋ ਕਿ ਪੇਸ਼ੈਂਟਸ ਹੈ, ਉਹਨਾਂ ਨੂੰ ਕਿਸ ਤਰ੍ਹਾਂ ਦੀ ਸਾਵਧਾਨੀ ਵਰਤਣੀ ਹੈ, ਕਿਸ ਤਰ੍ਹਾਂ ਧਿਆਨ ਰੱਖਣਾ ਹੈ? ਕਿਉਂਕਿ ਕਈ ਲੋਕਾਂ ਦੇਖੇ ਪਹਿਲਾਂ ਵੀ ਜਿਹੜੇ ਮਾਮਲੇ ਸਾਹਮਣੇ ਆਏ ਕਿ ਹੀਟਰਸ ਨੂੰ ਜਾਂ ਫਿਰ ਅੱਗ ਲਾ ਕੇ ਘਰ 'ਚ ਪੂਰਾ ਬੰਦ ਕਰਕੇ ਉਹ ਸੋ ਜਾਂਦੇ, ਜਿਸ ਕਰਕੇ ਕਈ ਮੌਤ ਦੇ ਸਾਡੇ ਮਾਮਲੇ ਸਾਹਮਣੇ ਆਏ। ਬਹੁਤ ਸਾਰੀ ਚੀਜ਼ਾਂ ਜਿਹਦੇ ਵਿੱਚ ਸਾਵਧਾਨੀ ਵਰਤਣ ਦੀ ਲੋੜ ਹੈ। ਅਸੀਂ ਡਾਕਟਰਸ ਨਾਲ, ਸੀਨੀਅਰ ਡਾਕਟਰਸ ਨਾਲ ਗੱਲਬਾਤ ਵੀ ਕਰਾਂਗੇ, ਕਿਉਂਕਿ ਕਈ ਇਸ ਤਰ੍ਹਾਂ ਦੇ ਪੇਸ਼ੈਂਟਸ ਵੀ ਠੰਡ ਨੂੰ ਲੈ ਕੇ, ਕਈ ਇਸ ਤਰ੍ਹਾਂ ਦੇ ਪੇਸ਼ੈਂਟਸ ਆ ਰਹੇ ਜਿਨ੍ਹਾਂ ਨੂੰ ਪ੍ਰੋਬਲਮਸ ਜਿਹੜੀ ਹੈ ਉਹ ਠੰਡ ਕਰਕੇ ਹੁੰਦੀ ਹੈ, ਔਰ ਕਈ ਇਸ ਤਰ੍ਹਾਂ ਦੇ ਪੇਰੈਂਟਸ ਹੁੰਦੇ ਜਿਸ ਨੂੰ ਲੈ ਕੇ ਲਗਾਤਾਰ ਜਿਹੜੀ ਅਸੀਂ ਕੋਸ਼ਿਸ਼ ਵੀ ਕਰਾਂਗੇ ਗੱਲਬਾਤ ਕਰਨ ਦੀ, ਔਰ ਇਸ ਤਰ੍ਹਾਂ ਦੇ ਜਿਹੜੇ ਪੇਸ਼ੈਂਟ ਸਾਹਮਣੇ ਆਉਂਦੇ ਉਸ ਨੂੰ ਲੈ ਕੇ ਸੀਨੀਅਰ ਡਾਕਟਰ ਸਾਡੇ ਨਾਲ ਨੇ। ਮੈਮ, ਕਿਉਂਕਿ ਠੰਡ ਦਾ ਕਹਿਰ ਲਗਾਤਾਰ ਵੱਧ ਰਿਹਾ, ਫੌਗਸ ਜਾਂ ਜ਼ੀਰੋ ਵਿਜ਼ੀਬਿਲਿਟੀ ਹੈ, ਕਿਸ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਇੱਥੇ ਆ ਰਹੇ ਅਤੇ ਪ੍ਰੋਬਲਮਸ ਕਿਸ ਤਰ੍ਹਾਂ ਦੀ ਹੁੰਦੀ ਹੈ, ਪ੍ਰੀਕਾਸ਼ਨ ਕਿਸ ਤਰ੍ਹਾਂ ਦੇ? ਜਿੱਦਾਂ ਕਿ ਤੁਸੀਂ ਜਾਣਦੇ ਹੋ, ਥੋੜ੍ਹੇ ਦਿਨਾਂ ਤੋਂ ਬਹੁਤ ਜ਼ਿਆਦਾ ਫੌਗ ਵੱਧ ਗਈ ਹੈਗੀ ਹੈ। ਇਸ ਟਾਈਮ ਰੋਡ ਐਕਸੀਡੈਂਟਸ ਦੇ ਕੇਸਿਸ ਬਹੁਤ ਜ਼ਿਆਦਾ ਵੱਧ ਜਾਂਦੇ ਹੈਗੇ ਆ, ਠੀਕ ਹੈ? ਤਾਂ ਲੋਕਾਂ ਨੂੰ ਗੁਜ਼ਾਰਿਸ਼ ਹੈ ਥੋੜ੍ਹਾ ਜਿਹਾ ਡਰਾਈਵ ਕੇਫ ਦੇ ਸ਼ੁੱਡ ਡਰਾਈਵ ਕੇਅਰਫੁਲੀ, ਆਪਣੇ ਸਾਰੇ ਟ੍ਰੈਫਿਕ ਰੂਲਸ ਨੂੰ ਫੋਲੋ ਕਰਨ। ਥੋੜ੍ਹਾ ਜਿਹਾ ਜਦੋਂ ਫੌਗ ਜ਼ਿਆਦਾ ਹੁੰਦੀ ਆ, ਅਰਲੀ ਮਾਰਨਿੰਗ, ਲੇਟ ਈਵਨਿੰਗਸ, ਉਦੋਂ ਟਰੈਵਲ ਅਵੋਇਡ ਕਰਨ। ਇੱਕ ਹੋਰ ਚੀਜ਼ 'ਤੇ ਮੈਂ ਫੋਕਸ ਕਰਨਾ ਚਾਹੂੰਗੀ ਕਿ ਸਰਦੀਆਂ ਦੇ ਟਾਈਮ ਸਾਡੇ ਕੋਲ ਹਾਰਟ ਦੇ ਪੇਸ਼ੈਂਟਸ ਬਹੁਤ ਜ਼ਿਆਦਾ ਆਉਂਦੇ ਨੇ, ਹਾਰਟ ਦੇ ਸਟ੍ਰੋਕ ਦੇ ਪੇਸ਼ੈਂਟਸ ਕੇਸਿਸ ਬਹੁਤ ਜ਼ਿਆਦਾ ਆਉਂਦੇ ਨੇ। ਤਾਂ ਵੱਡੇ ਸਾਡੇ ਬਜ਼ੁਰਗ ਜਿਹਨਾਂ ਨੂੰ ਆਲਰੇਡੀ ਕੋਈ ਸ਼ੂਗਰ ਦੀ ਬਿਮਾਰੀ ਹੈ, ਕੋਈ ਬੀ ਪੀ ਦੀ ਬਿਮਾਰੀ ਹੈ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਸਵੇਰੇ ਸਵੇਰੇ ਜਾਂ ਈਵਨਿੰਗਸ 'ਚ, ਆਦਤ ਹੁੰਦੀ ਹੈ ਕਿ ਆਪਾਂ ਸੈਰ ਕਰਨ ਚੱਲ ਜਾਂਦੇ ਹਾਂ ਥੋੜ੍ਹਾ ਜਿਹਾ, ਹੈ ਨਾ, ਇਹੀ ਸੋਚ ਕੇ ਕਿ ਹਾਜ਼ਮਾ ਹੋ ਜਾਏਗਾ, ਚਲੋ ਵਾਕ ਕਰ ਆਉਂਦੇ, ਉਸ ਟਾਈਮ ਥੋੜ੍ਹਾ ਜਿਹਾ ਧਿਆਨ ਰੱਖਣ, ਠੀਕ ਹੈ? ਯਾਨੀ ਕਿ ਇਸ ਵੈਦਰ 'ਚ ਵੀ ਸਵੇਰੇ ਸਵੇਰੇ ਅਰਲੀ ਮਾਰਨਿੰਗ ਵਾਕ ਨਾ ਕਰਨ? ਨੋ ਨੋ ਨੋ, ਬਿਲਕੁਲ ਵੀ ਨਹੀਂ। ਤੇ ਕੁਝ ਵੀ ਉਹਨਾਂ ਨੂੰ ਲੱਗਦਾ ਹੈ, ਕੋਈ ਵੀ ਉਹਨਾਂ ਨੂੰ ਸਿੰਪਟਮ ਲੱਗਦਾ, ਛਾਤੀ 'ਚ ਮਾੜਾ ਜਿਹਾ ਭਾਰੀਪਨ ਲੱਗਦਾ ਜਾਂ ਦਰਦ ਹੁੰਦਾ ਹੈਗਾ ਜਾਂ ਕੋਈ ਪਾਸੇ 'ਚ ਉਹਨਾਂ ਨੂੰ ਕਮਜ਼ੋਰੀ ਲੱਗਦੀ ਹੈ, ਤੁਰੰਤ ਹਸਪਤਾਲ ਆਣ। ਕਿਉਂਕਿ ਉਹ ਜੋ ਸ਼ੁਰੂ ਦੇ ਘੰਟੇ ਹੁੰਦੇ ਹੈਗੇ ਹੈ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਵਿੰਡੋ ਪੀਰੀਅਡ, ਗੋਲਡਨ ਆਵਰਸ ਆਫ ਦ ਟ੍ਰੀਟਮੈਂਟ, ਉਹ ਨਾ ਮਿਸ ਹੋ ਜਾਣ। ਇਸ ਲਈ ਠੀਕ ਟਾਈਮ ਤੇ ਹਸਪਤਾਲ ਆਣਾ ਜਦੋਂ ਸਿੰਪਟਮ ਸ਼ੁਰੂ ਹੁੰਦੇ ਉਹ ਬਹੁਤ ਜ਼ਰੂਰੀ ਹੈ। ਆਪਣੀ ਸਾਰੀ ਦਵਾਈਆਂ ਟਾਈਮ ਤੇ ਲੈਣ, ਆਪਣਾ ਡਾਇਟ ਦਾ ਖਿਆਲ ਰੱਖਣ। ਅੱਜ ਕੱਲ ਤੁਸੀਂ ਜਾਣਦੇ ਹੋ ਬਹੁਤ ਜ਼ਿਆਦਾ ਨਾਰਥ 'ਚ ਏਅਰ ਪੋਲਿਊਸ਼ਨ ਵੀ ਹੈਗਾ, ਉਸ ਕਰਕੇ ਜਿਹੜੇ ਆਲਰੇਡੀ ਦਮਾ ਦੇ ਪੇਸ਼ੈਂਟਸ ਹੈਗੇ ਆ, ਇੱਕ ਠੰਡ ਹੋ ਜਾਂਦੀ ਹੈ, ਇੱਕ ਏਅਰ ਪੋਲਿਊਸ਼ਨ ਹੋ ਜਾਂਦਾ, ਜਿਸ ਕਰਕੇ ਜਿਹੜੀ ਸਾਹ ਦੀ ਦਿੱਕਤ ਹੈ ਉਹ ਵੱਧ ਜਾਂਦੀ ਹੈ, ਸਾਹ ਦੀ ਨਾਲੀਆਂ ਜਿਹੜੀਆਂ ਉਹ ਸਿਕੁੜ ਜਾਂਦੀਆਂ, ਔਰ ਉਸ ਕਰਕੇ ਦਮੇ ਦੀ ਬਹੁਤ ਜ਼ਿਆਦਾ ਸ਼ਿਕਾਇਤ ਆਉਂਦੀ ਹੈਗੀ ਹੈ। ਥੋੜ੍ਹਾ ਜਿਹਾ ਆਪਣਾ ਧਿਆਨ ਰੱਖਣ। ਇੱਕ ਹੋਰ ਮੈਂ ਚੀਜ਼ 'ਤੇ ਫੋਕਸ ਕਰਨਾ ਚਾਹੂੰਗੀ, ਉਹ ਬਹੁਤ ਜ਼ਰੂਰੀ ਹੈ, ਜ਼ਿਆਦਾਤਰ ਲੋਕਾਂ ਨੂੰ ਆਦਤ ਹੁੰਦੀ ਹੈ, ਠੰਡ ਇੰਨੀ ਜ਼ਿਆਦਾ ਹੈ ਕਿ ਉਹ ਪੱਟੀ ਜਲਾ ਕੇ ਕਿਤੇ ਬੈਠ ਜਾਂਦੇ ਆ ਅੱਗ ਸੇਕਣ ਲਈ, ਠੰਡ ਤੋਂ ਰਾਹਤ ਪਾਉਣ ਲਈ। ਤਾਂ ਠੀਕ ਹੈ, ਹੁਣ ਗਰੀਬ ਆਦਮੀ ਉਹੀ ਕਰੇਗਾ, ਠੰਡ ਤੋਂ ਬਚਣ ਲਈ ਹੋਰ ਕੋਈ ਉਪਾਅ ਨਹੀਂ ਹੈਗਾ। ਪਰ ਇੱਕ ਗੁਜ਼ਾਰਿਸ਼ ਹੈ ਕਿ ਇੱਕ ਬੰਦ ਕਮਰੇ 'ਚ ਪੱਟੀ ਲਗਾ ਕੇ ਨਾ ਬੈਠਣ। ਕਾਰਬਨ ਮੋਨੋਆਕਸਾਈਡ ਇੱਕ ਬਹੁਤ ਹੀ ਜ਼ਹਿਰੀਲੀ ਗੈਸ ਹੈ, ਜਿਸ ਨਾਲ ਪਤਾ ਨਹੀਂ ਚੱਲਦਾ ਹੈ ਕਿ ਉਹ ਕਮਰੇ 'ਚ ਆ ਗਈ ਹੈ, ਕਮਰਾ ਬੰਦ ਹੁੰਦਾ ਹੈ, ਆਕਸੀਜਨ ਆ ਨਹੀਂ ਪਾਉਂਦੀ ਹੈ, ਫਰੈਸ਼ ਏਅਰ ਆ ਨਹੀਂ ਪਾਉਂਦੀ ਹੈ, ਉਸ ਕਰਕੇ ਜੀ 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 ਜਾਨਲੇਵਾ ਹੋ ਚੁੱਕੇ ਹੈਗੇ ਆ, ਇਹ ਪੈ ਦੇਖਣ 'ਚ ਮਿਲਿਆ ਹੈਗਾ। ਤਾਂ ਇਸ ਚੀਜ਼ ਦਾ ਧਿਆਨ ਰੱਖਣ। ਮੈਨੂੰ ਕਈ ਵਾਰੀ ਇਹ ਦੇਖਣ ਨੂੰ ਮਿਲਦਾ ਕਿ ਜਿਹੜੇ ਹੀਟਰਸ ਨੇ ਉਹ ਵੀ ਬਿਲਕੁਲ ਆਪਣੇ ਨਾਲ ਲੈ ਕੇ ਕਈ ਜਿਹੜੇ ਸੌਂਦੇ ਆ, ਚਾਹੇ ਉਹ ਪੀਜੀ ਵਗੈਰਾ ਇਸ ਤਰ੍ਹਾਂ ਦੇ ਜਿਹੜੇ। ਜੀ ਜੀ ਜੀ, ਉਹ ਵੀ ਖਤਰਨਾਕ ਹੈ ਜੀ, ਉਹ ਵੀ ਖਤਰਨਾਕ ਹੈ। ਆਪਣੇ ਜਿਹੜੇ ਹੀਟਰਸ ਹੈ, ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਰਜਾਈ 'ਚ ਜਾਂ ਕੰਬਲ 'ਚ ਪਾ ਕੇ ਬੈਠ ਜਾਂਦੇ, ਤਾਂ ਉਸ 'ਚ ਸਪਾਰਕਿੰਗ ਦੇ, ਕੋਈ ਸ਼ਾਰਟ ਸਰਕਿਟ ਹੋਣ ਦੇ ਬਹੁਤ ਜ਼ਿਆਦਾ ਚਾਂਸਿਸ ਹੈ। ਲੋਕਾਂ ਨੂੰ ਗੁਜ਼ਾਰਿਸ਼ ਹੈ, ਠੰਡ ਦਾ ਮੌਸਮ ਹੈ, ਆਪਣਾ ਸਿਹਤ ਦਾ, ਆਪਣੇ ਪਰਿਵਾਰ ਦਾ,
ਉਹਨਾਂ ਦੀ ਸਿਹਤ ਦਾ ਜ਼ਰੂਰ ਖਿਆਲ ਰੱਖਣ ਤੇ ਰੱਬ ਕਰੇ ਨਵਾਂ ਸਾਲ ਚੜ੍ਹੇ ਸਾਰਿਆਂ ਨੂੰ ਰੱਬ ਬਹੁਤ ਅੱਛੀ ਸਿਹਤ ਤੇ ਚੰਗਾ ਚੰਗਾ ਸਾਲ ਰੱਬ ਚੜ੍ਹਾਵੇ। ਬਿਲਕੁਲ, ਥੈਂਕ ਯੂ। ਤਾਂ ਬਹੁਤ ਵਧੀਆ ਤੇ ਅਹਿਮ ਕਹਿ ਸਕਦੇ ਹਾਂ ਕਿ ਚੀਜ਼ਾਂ ਮੈਮ ਨੇ ਦੱਸੀ ਹੈ ਕਿ ਕਿਸ ਤਰ੍ਹਾਂ ਅਸੀਂ ਸੇਫਟੀ ਰੱਖਣੀ ਹੈ, ਚਾਹੇ ਉਹ ਬਜ਼ੁਰਗ ਹੋਣ ਜਾਂ ਕੋਈ ਹਾਰਟ ਦੇ ਪੇਸ਼ੈਂਟਸ ਹੈ, ਕਿਉਂਕਿ ਠੰਡ ਦਾ ਬਹੁਤ ਇਸ ਟਾਈਮ ਜਿਹੜਾ ਹੈ ਵੈਦਰ ਡਿਪਾਰਟਮੈਂਟ ਵੱਲੋਂ ਵੀ ਰੈਡ ਅਲਰਟ ਜਾਰੀ ਕੀਤਾ ਗਿਆ, ਤੇ ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਕਿਸ ਤਰ੍ਹਾਂ ਧਿਆਨ ਰੱਖਣਾ ਹੈ। ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਜਾਂ ਫਿਰ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਧਿਆਨ ਰੱਖਣਾ ਹੈ, ਪ੍ਰੀਕਿਊਸ਼ਨਰੀ ਬਹੁਤ ਜ਼ਿਆਦਾ ਧਿਆਨ ਰੱਖਣਾ, ਧੁੰਦ ਦਾ ਸਮੇਂ ਹੈ, ਵਿਜੀਬਿਲਿਟੀ ਬਿਲਕੁਲ ਜ਼ੀਰੋ ਹੈ, ਐਕਸੀਡੈਂਟਸ ਦਾ ਬਹੁਤ ਜ਼ਿਆਦਾ ਸਾਹਮਣੇ ਆ ਰਹੇ ਹੈ, ਉਹਦੇ 'ਤੇ ਵੀ ਤੁਸੀਂ ਕਿਸ ਤਰ੍ਹਾਂ ਬਚਣਾ ਹੈ। ਅਤੇ ਨਾਲ ਦੇ ਨਾਲ ਜਿਹੜੇ ਮੈਮ ਨੇ ਬਹੁਤ ਇੱਕ ਵਧੀਆ ਚੀਜ਼ ਦੱਸੀ ਕਿ ਘਰ 'ਚ ਜਿੱਦਾਂ ਕੋਈ ਵੀ ਤੁਸੀਂ ਅੱਗ ਲਾ ਕੇ ਜਾਂ ਕੋਇਲਾ ਲਾ ਕੇ ਤੁਸੀਂ ਲਾਉਂਦੇ ਹੋ, ਪੂਰਾ ਘਰ ਬੰਦ ਕਰ ਲੈਂਦੇ ਹੋ, ਕਿਸੇ ਤਰ੍ਹਾਂ ਦੀ ਕੋਈ ਆਕਸੀਜਨ ਜਿਹੜਾ ਹੈਗਾ ਉਹ ਨਹੀਂ ਪਾਸ ਹੁੰਦਾ, ਜਿਸ ਕਰਕੇ ਪੂਰਾ ਇਹ ਕੇਸਿਸ ਵੀ ਪਹਿਲਾਂ ਆਏ ਹੈ ਕਈ ਕਈ ਥਾਂ ਤੋਂ ਕਿ ਡੈਥ ਵੀ ਹੋਈ ਹੈ, ਇਹਦਾ ਵੀ ਬਹੁਤ ਧਿਆਨ ਰੱਖਣਾ, ਜਾਂ ਹੀਟਰਸ ਲਾ ਕੇ ਪੂਰਾ ਤੁਸੀਂ ਬੰਦ ਨਹੀਂ ਕਰਨਾ। ਇਹ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਲਗਾਤਾਰ ਇਹ ਜ਼ਰੂਰ ਧਿਆਨ ਰੱਖਣ ਵਾਲੀ ਗੱਲ ਹੈ। ਅਤੇ ਠੰਡ ਦਾ ਸਮਾਂ ਹੈ ਔਰ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾਵ ਕਰਨਾ ਹੈ, ਪੂਰੇ ਕੱਪੜੇ ਫੁੱਲ ਸਲੀਵਸ ਪਾਉਣੇ ਹੈ, ਸਵੈਟਰਸ ਪਾ ਕੇ ਪੂਰਾ ਆਪਣੇ ਆਪ ਨੂੰ ਕਵਰ ਕਰਕੇ ਰੱਖਣਾ, ਅਤੇ ਅਰਲੀ ਮਾਰਨਿੰਗ ਜਿਹੜੀ ਸੈਰ ਹੈ ਉਹ ਅਵੋਇਡ ਕਰਨੀ ਹੈ ਇਨ ਦਿਨਾਂ 'ਚ। ਮੋਹਾਲੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।